ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਗੁਰਮੀਤ ਕੌਰ, ਜਵੰਦਾ ਬੁਟੀਕ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ, ਆਪਾਂ ਲੈ ਕੇ ਆ ਗਏ ਤੁਹਾਡੇ ਲਈ ਸੋਹਣੇ ਸੋਹਣੇ ਸੂਟ, ਅਤੇ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਜੀ, ਤੁਸੀਂ ਸਾਡੇ ਤੋਂ ਬਣਵਾਉਣਾ ਚਾਹੁੰਦੇ ਹੋ, ਸਕਰੀਨ ਦੇ ਉੱਪਰ ਵਟਸਐਪ ਦਾ ਨੰਬਰ ਦਿਖਾਈ ਦਿੰਦਾ, ਤੁਸੀਂ ਸਕਰੀਨਸ਼ੋਟ ਲੈ ਕੇ ਭੇਜ ਸਕਦੇ ਹੋ ਅਤੇ ਆਪਣੇ ਲਈ ਸੂਟ ਤਿਆਰ ਕਰਵਾ ਸਕਦੇ ਹੋ। ਹਰ ਤਰ੍ਹਾਂ ਦੇ ਆਪਣੇ ਕੋਲ ਵਰਕਰ ਅਵੇਲੇਬਲ ਨੇ ਜੀ, ਹਰ ਤਰ੍ਹਾਂ ਦਾ ਆਪਣੇ ਕੋਲ ਦੁਪੱਟਿਆਂ ਦਾ ਸਟੱਫ ਅਵੇਲੇਬਲ ਹੈ। ਜਿਹੜੇ ਵੀ ਤੁਸੀਂ ਫੈਬਰਿਕ 'ਤੇ ਕਹੋਗੇ ਜੀ, ਉਹ ਵਾਲੇ ਸੂਟ ਆਪਾਂ ਤੁਹਾਨੂੰ ਕਰਕੇ ਦੇ ਦਾਂਗੇ, ਠੀਕ ਹੈ। ਚਲੋ ਜੀ, ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਅਤੇ ਸੂਟ ਵਿਖਾਉਣੇ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ, ਜੇ ਤੁਸੀਂ ਵੇਖ ਰਹੇ ਯੂਟਿਊਬ ਚੈਨਲ ਪੰਜਾਬੀ ਕੋਰਨਰ ਤੋਂ, ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਫੇਸਬੁੱਕ ਤੋਂ ਵੇਖਦੇ ਹਾਂ ਜੀ, ਫੋਲੋ ਨਹੀਂ ਕਰਿਆ ਤਾਂ ਫੋਲੋ ਜ਼ਰੂਰ ਕਰ ਲਿਓ। ਅਤੇ ਇੱਕ ਫੇਸਬੁੱਕ ਵਾਲੇ ਭੈਣਾਂ ਅਤੇ ਵੀਰਾਂ ਨੂੰ ਮੈਂ ਜ਼ਰੂਰ ਬੇਨਤੀ ਕਰੂੰ, ਭੈਣਾਂ ਨੂੰ ਖਾਸ ਕਰਕੇ ਜਿਹੜੇ ਸੂਟ ਵੇਖਦੀਆਂ ਨੇ, ਵੀ ਤੁਸੀਂ ਮੈਨੂੰ ਯੂਟਿਊਬ ਚੈਨਲ ਪੰਜਾਬੀ ਕੋਰਨਰ ਤੋਂ ਵੇਖਣਾ ਸ਼ੁਰੂ ਕਰੋ ਜੀ। ਅਸੀਂ ਇੱਥੇ ਜ਼ਿਆਦਾ ਅਪਡੇਟ ਰਹਿੰਦੇ ਹਾਂਗੇ, ਅਤੇ ਫੇਸਬੁੱਕ ਉੱਪਰ ਕਦੇ ਕਦੇ ਵੀਡੀਓ ਆਉਂਦੀ ਹੈ, ਜ਼ਿਆਦਾ ਵੀਡੀਓਜ਼ ਸਾਡੀਆਂ ਯੂਟਿਊਬ ਦੇ ਉੱਪਰ ਆਉਂਦੀਆਂ ਨੇ। ਜਿਹੜਾ ਆਪਣਾ ਵਲੋਗਿੰਗ ਦਾ ਚੈਨਲ ਹੈ ਜੀ, ਉਹਦੇ ਉੱਪਰ ਵੀ ਹੈ ਨਾ, ਪਿੰਡ ਪੰਜਾਬ ਦੇ ਵਲੋਗਿੰਗ ਵਾਲਾ ਚੈਨਲ ਹੈ, ਅਤੇ ਪੰਜਾਬੀ ਕੋਰਨਰ ਆਪਣਾ ਬਿਜ਼ਨਸ ਵਾਲਾ ਚੈਨਲ ਹੈ। ਤੁਸੀਂ ਪਲੀਜ਼ ਇੱਥੇ ਦੇਖਣਾ ਮੈਨੂੰ ਸ਼ੁਰੂ ਕਰੋ। ਚਲੋ ਠੀਕ ਹੈ ਜੀ, ਵੀਡੀਓ ਸ਼ੁਰੂ ਕਰਦੇ ਹਾਂ ਅਤੇ ਸੂਟ ਵਿਖਾਉਣੀ ਸ਼ੁਰੂ ਕਰਦੇ ਹਾਂ। ਅਤੇ ਜਿੰਨੇ ਵੀ ਆਪਾਂ ਸੂਟ ਬਣਾਉਣੇ ਆ ਜੀ, ਸਾਰਿਆਂ ਦੇ ਡਿਜ਼ਾਇਨ ਇੰਸਟਾਗ੍ਰਾਮ ਦੇ ਉੱਪਰ ਮਿਲ ਜਾਣਗੇ। ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜੀ, ਇੱਥੇ ਲਿਖਿਆ ਹੋਇਆ ਸ਼ੋਅ ਹੋਜੂਗਾ, jawanda.gurmeet ਮੇਰੀ ਇੰਸਟਾਗ੍ਰਾਮ ਦੀ ਆਈ ਡੀ ਹੈ, ਸਰਚ ਕਰਕੇ ਚਲੇ ਜਾਇਓ। ਚਲੋ ਠੀਕ ਹੈ ਜੀ, ਵੀਡੀਓ ਸ਼ੁਰੂ ਕਰਦੇ ਹਾਂ ਅਤੇ ਸੂਟ ਬਣਾਉਣੇ ਸ਼ੁਰੂ ਕਰਦੇ ਹਾਂ। ਲਓ ਜੀ, ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਆਪਾਂ। ਬਹੁਤ ਪਿਆਰਾ ਕਲਰ ਹੈ ਜੀ ਸੂਟ ਦਾ, ਇਸ ਤਰ੍ਹਾਂ ਦਾ ਨਿਊਡ ਜਿਹਾ ਸ਼ੇਡ ਹੈ ਜੀ, ਤੁਸੀਂ ਦੇਖ ਸਕਦੇ ਹੋ। ਬਹੁਤ ਪਿਆਰਾ ਵਰਕ ਕੀਤਾ ਹੋਇਆ ਜੀ, ਠੀਕ ਹੈ, ਬਹੁਤ ਸੋਹਣਾ ਕੰਮ ਕੀਤਾ ਹੋਇਆ। ਸਭ ਤੋਂ ਪਹਿਲਾਂ ਆਪਾਂ ਘੇਰੇ ਤੋਂ ਸ਼ੁਰੂ ਕਰ ਲਈਏ, ਠੀਕ ਹੈ। ਅਤੇ ਇਸ ਤਰ੍ਹਾਂ ਦੇ ਨਾਲ ਆਪਣੇ ਘੇਰ ਦਾ ਕੰਮ ਆਜੂਗਾ ਜੀ, ਬਹੁਤ ਜ਼ਿਆਦਾ ਹੈਵੀ ਕੰਮ ਹੈ ਜਿਹੜਾ ਘੇਰ ਦੇ ਉੱਪਰ ਕੀਤਾ ਹੋਇਆ। ਸੈਂਟਰ ਦੇ ਵਿੱਚ ਇਹ ਵਾਲਾ ਡਿਜ਼ਾਇਨ ਜਾਊਗਾ, ਅਤੇ ਫਿਰ ਇਸ ਤਰ੍ਹਾਂ ਦੇ ਨਾਲ ਪੂਰੀ ਸ਼ਰਟ ਦੇ ਉੱਪਰ ਕੰਮ ਕੀਤਾ ਹੋਇਆ। ਕੰਮ ਤੁਸੀਂ ਦੇਖ ਸਕਦੇ ਹੋ ਜੀ, ਜਿੰਨਾ ਵੀ ਕੰਮ ਹੈ ਇਹ ਸਾਰਾ ਹੈਂਡ ਦੇ ਵਿੱਚ ਕੀਤਾ ਹੋਇਆ ਜੀ। ਮਸ਼ੀਨ ਆਪਾਂ ਇਹਦੇ ਉੱਤੇ ਉੱਪਰ ਕਿਤੇ ਵੀ ਮਸ਼ੀਨ ਦਾ ਇਸਤੇਮਾਲ ਨਹੀਂ ਕੀਤਾ ਹੈਗਾ, ਠੀਕ ਹੈ ਜੀ। ਬਹੁਤ ਪਿਆਰਾ ਇਹ ਹੋਵੇਗਾ, ਠੀਕ ਹੈ ਜੀ। ਡਿਜ਼ਾਇਨ ਹੈ, ਤੁਸੀਂ ਆਪਣੇ ਹਿਸਾਬ ਨਾਲ ਜਿਹੜੇ ਵੀ ਫੈਬਰਿਕ 'ਤੇ ਕਹੋਗੇ ਸਾਨੂੰ, ਅਸੀਂ ਬਣਾ ਕੇ ਦੇ ਦਾਂਗੇ। ਬਹੁਤ ਸੋਹਣਾ ਕੰਮ ਹੈ ਜੀ ਸਾਰਾ। ਅਤੇ ਇਹ ਹੈਗਾ ਜੀ ਬਾਹਾਂ ਦਾ ਕੰਮ, ਬਾਹਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਹੈਵੀ ਕੰਮ ਕੀਤਾ ਹੋਇਆ, ਤੁਸੀਂ ਦੇਖ ਸਕਦੇ ਹੋ। ਕੰਮ ਆਪਣਾ ਸਾਰਾ ਸਾਫ਼ ਸੁਥਰਾ ਹੋਊਗਾ ਜੀ, ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾ ਰਹੀ ਹਾਂ, ਬਿਲਕੁਲ ਨੀਟ ਐਂਡ ਕਲੀਨ ਵਰਕ ਹੋਊਗਾ ਸਾਰਾ। ਅਤੇ ਇਹ ਸਾਰਾ ਕੰਮ ਹੈਂਡ ਵਰਕ ਦਾ ਕੀਤਾ ਹੋਇਆ ਜੀ, ਠੀਕ ਹੈ ਜੀ। ਤੁਹਾਨੂੰ ਪਤਾ ਜੀ, ਹੈਂਡ ਵਰਕ ਦੇ ਸੂਟ ਕੋਸਟਲੀ ਰਹਿੰਦੇ ਨੇ, ਅੱਗੇ ਤੁਹਾਨੂੰ ਪ੍ਰੋਗਰਾਮ ਆਉਂਦਾ ਜੀ, ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਦੇ ਅੱਗੇ ਵਿਆਹ ਨੇ, ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਇਨ ਸਿਲੈਕਟ ਕਰ ਸਕਦੇ ਹੋ ਜੀ। ਵਿਆਹਾਂ ਦੇ ਲਈ ਬਹੁਤ ਜ਼ਿਆਦਾ ਸਪੈਸ਼ਲ ਡਿਜ਼ਾਇਨ ਨੇ ਇਹ, ਦੇਖੋ ਇਹ ਆ ਗਿਆ ਜੀ ਆਪਣਾ ਘੇਰ ਦੇ ਉੱਪਰ ਕਿੰਨਾ ਪਿਆਰਾ, ਹੈ ਨਾ, ਇਹ ਘੇਰ ਦਾ ਕੰਮ ਆ ਗਿਆ। ਅਗਰ ਤੁਹਾਨੂੰ ਇਹ ਚੀਜ਼ ਨਹੀਂ ਪਸੰਦ ਤੁਸੀਂ ਕਰਦੇ, ਇਹ ਤੁਸੀਂ ਛੜਵਾ ਵੀ ਸਕਦੇ ਹੋ, ਇੱਕੋ ਜਿਹਾ ਘੇਰ ਕਰਵਾ ਲੈ ਇੱਥੋਂ ਨੂੰ ਆਪਾਂ ਹੋਰ ਕੋਈ ਡਿਜ਼ਾਇਨਿੰਗ ਕਰ ਦਾਂਗੇ, ਠੀਕ ਹੈ। ਜੇ ਤੁਹਾਨੂੰ ਇਸ ਤਰ੍ਹਾਂ ਵੀ ਲੱਗਦਾ, ਇਸ ਤਰ੍ਹਾਂ ਵੀ ਸਹੀ ਹੈਗਾ, ਠੀਕ ਹੈ। ਲਓ ਜੀ, ਬਹੁਤ ਸੋਹਣਾ ਲੱਗਦਾ ਜੀ ਆਹ ਚੀਜ਼ ਦਾ ਜੀ। ਆਪਾਂ ਫਿਰ ਇਹਦੇ ਵਿੱਚੋਂ ਕੱਢ ਕੇ ਨਾ ਇੱਥੋਂ ਬਸ ਆਪਾਂ ਪੱਟੀ ਬਣਾ ਦਾਂਗੇ, ਅਤੇ ਇਹ ਚੀਜ਼ ਇੰਨੀ ਕੁ ਆਪਾਂ ਛੱਡ ਸਕਦੇ ਹਾਂ ਕਿ ਡਿਜ਼ਾਇਨ ਵੀ ਕਰ ਦਾਂਗੇ। ਕਈ ਕਸਟਮਰ ਕਹਿ ਦਿੰਦੇ ਨੇ ਜੀ ਸਾਨੂੰ ਸੈਂਟਰ ਵਾਲਾ ਨਹੀਂ ਵਧੀਆ ਲੱਗਦਾ, ਕੋਈ ਗੱਲ ਨਹੀਂ, ਇੱਥੇ ਆਪਾਂ ਹੋਰ ਡਿਜ਼ਾਇਨਿੰਗ ਕਰ ਦਾਂਗੇ, ਠੀਕ ਹੈ ਜੀ। ਲਓ ਜੀ, ਬਹੁਤ ਸੋਹਣਾ ਡਿਜ਼ਾਇਨ ਹੈ ਜੀ, ਬਹੁਤ ਸੋਹਣੀ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਸਾਰਾ, ਤੁਸੀਂ ਦੇਖ ਸਕਦੇ ਹੋ। ਨੈੱਕ ਦਾ ਕੰਮ ਆ ਗਿਆ ਜੀ ਬਹੁਤ ਸੋਹਣਾ, ਇਸ ਤਰ੍ਹਾਂ ਦੇ ਨਾਲ ਪੂਰੀ ਸ਼ਰਟ 'ਤੇ ਕੰਮ ਆ ਗਿਆ, ਠੀਕ ਹੈ ਜੀ। ਇਹ ਕੰਮ ਆ ਗਿਆ ਜੀ ਬਾਂਹ ਦੇ ਉੱਪਰ, ਇਹਦੇ ਨਾਲ ਰੱਖਿਆ ਹੋਇਆ ਜੀ ਆਪਾਂ ਪਿੰਕ ਕਲਰ ਦਾ ਦੁਪੱਟਾ। ਜ਼ਿਆਦਾ ਇਹਨੂੰ ਆਪਾਂ ਬੇਬੀ ਪਿੰਕ ਵਾਲੀ ਲਾਈਨ ਦੇ ਵਿੱਚ ਵੀ ਨਹੀਂ ਲੈ ਸਕਦੇ, ਵੀ ਬੇਬੀ ਪਿੰਕ ਆ ਇਹ, ਨੋਰਮਲ ਜਿਹਾ ਇਸ ਤਰ੍ਹਾਂ ਦਾ, ਠੀਕ ਹੈ ਜੀ। ਅਤੇ ਨਾਲ ਇਹਦੇ ਇਸ ਤਰ੍ਹਾਂ ਦੇ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ, ਇਸ ਤਰ੍ਹਾਂ ਆਪਾਂ ਜਿਹੜਾ ਉਹ ਲੈ ਕੇ ਜੀ ਉਹ ਆਪਣਾ ਕੀ ਬੋਲਦੇ ਨੇ ਬਰੋਕਿਟ, ਅਤੇ ਇਹਨੂੰ ਬਰੋਕਿਟ ਲੈ ਕੇ ਇਸ ਤਰ੍ਹਾਂ ਦੇ ਨਾਲ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ। ਬਹੁਤ ਸੋਹਣਾ ਲੱਗਦਾ ਇਹ, ਤੁਸੀਂ ਦੇਖ ਸਕਦੇ ਹੋਗੇ। ਬਾਕੀ ਜਿਹੜੀ ਵੀ ਤੁਸੀਂ ਲੈਣਾ ਚਾਹੁੰਦੇ ਆਪਣੇ ਹਿਸਾਬ ਦੇ ਨਾਲ,
ਲੈ ਸਕਦੇ ਹੋ। ਠੀਕ ਹੈ ਜੀ, ਕਾਫੀ ਜ਼ਿਆਦਾ ਸੋਹਣਾ ਹੈ ਵੀ, ਲਓ ਜੀ ਜੇ ਤੁਹਾਨੂੰ ਪਸੰਦ ਹੈ ਜੀ ਸਕਰੀਨਸ਼ੋਟ ਲੈ ਸਕਦੇ ਹੋ ਜੀ। ਦੂਜਾ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਜਿਹੜਾ ਆਪਾਂ ਤਿਆਰ ਕੀਤਾ ਹੋਇਆ, ਇਸ ਤਰ੍ਹਾਂ ਦੇ ਨਾਲ ਹੈ ਜੀ ਇਹ ਆਲ ਓਵਰ ਸੂਟ ਆ। ਹੁਣ ਤੱਕ ਇਹ ਜ਼ਿਆਦਾ ਅਸੀਂ ਡਿਜ਼ਾਇਨ ਮਾਊਸ 'ਤੇ ਨਾਭੀ ਜਿਹੇ ਕਲਰ 'ਤੇ ਬਣਾਏ ਨੇ, ਸਾਈਡ 'ਤੇ ਵੀ ਆਪਾਂ ਬਣਾਇਆ ਉਹ ਵੀ ਤੁਹਾਨੂੰ ਦਿਖਾ ਦਾਂਗੇ ਆਪਾਂ ਕਿਸ 'ਤੇ ਬਣਾਇਆ। ਦੇਖੋ ਬਹੁਤ ਸੋਹਣਾ ਨੈੱਕ ਦਾ ਕੰਮ ਕੀਤਾ ਹੋਇਆ ਜੀ। ਸਾਰੇ ਜਿੰਨੇ ਵੀ ਆਪਾਂ ਸੂਟ ਦਿਖਾ ਰਹੇ ਹਾਂ ਜੀ, ਕੋਈ ਕਸਟਮਰ ਦਾ ਔਡਰ ਹੈ ਅਤੇ ਇਹਨਾਂ ਦੇ ਸੂਟ ਬਹੁਤ ਜ਼ਿਆਦਾ ਨੇ, 15-16 ਸੂਟ ਨੇ ਜੀ ਇੱਕ ਵੀਡੀਓ 'ਚ, ਜਿੰਨੇ ਕੁ ਮੈਂ ਇੱਥੇ ਸ਼ੋਅ ਹੋਏ ਮੈਂ ਕਰੂੰਗੀ, ਬਾਕੀ ਨਹੀਂ ਨੈਕਸਟ ਪਾਰਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦੇਖੋ ਸਾਰਾ ਕੰਮ ਹੱਥ ਦਾ ਕਰਿਆ ਹੋਇਆ ਜੀ, ਤੁਸੀਂ ਸਫਾਈ ਦੇਖ ਸਕਦੇ ਹੋ, ਬਹੁਤ ਜ਼ਿਆਦਾ ਸਾਫ਼ ਸੁਥਰਾ ਕੰਮ ਹੈ ਸਾਰਾ। ਠੀਕ ਹੈ ਜੀ, ਇਹ ਸ਼ਰਟ ਦੇ ਵਿੱਚ ਕੰਮ ਆ ਗਿਆ ਜੀ, ਇਹ ਕੰਮ ਆ ਗਿਆ ਜੀ ਬਾਂਹ ਦੇ ਉੱਪਰ, ਇਹ ਬੇਲ ਹੈਗੀ ਅਤੇ ਨਾਲ 3 ਬੂਟੀਆਂ ਬਾਂਹ ਦੇ ਉੱਪਰ ਆ ਜਾਣੀਆਂ। ਸਾਰਾ ਕੰਮ ਹੱਥ ਦਾ ਜੀ, ਇਹਦੇ ਉੱਪਰ ਆਪਾਂ ਕਿਤੇ ਵੀ ਮਸ਼ੀਨ ਨਹੀਂ ਲਾਈ। ਦੇਖੋ ਕਿੰਨਾ ਪਿਆਰਾ ਕੰਮ ਕੀਤਾ ਹੋਇਆ, ਤੁਸੀਂ ਵੇਖ ਸਕਦੇ ਹੋ। ਜਿਹੜੇ ਵੀ ਫੈਬਰਿਕ 'ਤੇ ਕਰਵਾਉਣਾ ਚਾਹੁੰਦੇ ਹੋ ਜੀ, ਜਾਂ ਤੁਸੀਂ ਸਾਡੇ 'ਤੇ ਗੱਲ ਛੱਡ ਦਿਉ, ਅਸੀਂ ਆਪਣੇ ਹਿਸਾਬ ਨਾਲ ਤੁਹਾਨੂੰ ਤੁਹਾਡੇ ਪਸੰਦ ਦੇ ਅਨੁਸਾਰ ਕਰਕੇ ਦੇ ਦਾਂਗੇ, ਹੈ ਨਾ ਜੀ। ਮੈਂ ਇੱਕੋ ਕਸਟਮਰ ਦਾ ਔਡਰ ਹੈਗਾ, ਅਲੱਗ ਅਲੱਗ ਅਸੀਂ ਫੈਬਰਿਕ ਲਾਏ ਦੇ ਇਹਦੇ ਉੱਪਰ। ਠੀਕ ਹੈ, ਇਹ ਦੇਖੋ ਜੀ ਨੈੱਕ ਆ ਗਿਆ, ਨੈੱਕ ਤੋਂ ਇਸ ਤਰ੍ਹਾਂ ਇਹ ਲਓ, ਅਤੇ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਜੀ ਆਪਾਂ ਪਿਓਰ ਚਨੂਨ ਦਾ, ਅਤੇ ਇਹ ਹੈਗਾ ਜੀ ਆਪਣੇ ਕੋਲ ਦੁਪੱਟਾ ਰੋਇਲ ਬਲੂ ਕਲਰ ਦਾ ਆਪਾਂ ਦੁਪੱਟਾ ਰੱਖਿਆ। ਕੰਟਰਾਸਟ ਬਹੁਤ ਜ਼ਿਆਦਾ ਇਹਦੇ ਨਾਲ ਜੱਚਦਾ ਹੈਗਾ, ਬਹੁਤ ਜ਼ਿਆਦਾ ਸੋਹਣੀ ਲੁੱਕ ਆਉਂਦੀ ਹੈ। ਅਤੇ ਬਹੁਤ ਸੋਹਣੀ ਲੁੱਕ ਆਉਂਦੀ ਹੈ, ਤੁਸੀਂ ਦੇਖ ਸਕਦੇ ਹੋ ਜਿਹੜਾ ਪਿਤਾ ਆਈ ਨੇ ਦੇਖਦੇ ਨਹੀਂ ਵੀਡੀਓ ਨਹੀਂ ਆਉਂਦੀ। ਚੱਲ ਚੰਗਾ ਚੁੱਪਾ, ਜਿਹੜਾ ਵੀ ਇਹਨਾਂ 'ਚ ਪਸੰਦ ਹੈ ਜੀ ਤੁਸੀਂ, ਹੈ ਨਾ, ਬਣਵਾ ਲਿਓ। ਇਸ ਤਰ੍ਹਾਂ ਦੇ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ, ਪਿਓਰ ਚਲੂਮ ਦਾ ਆਪਾਂ ਦੁਪੱਟਾ ਰੱਖਿਆ ਫਿਰ। ਇਹ ਆਪਾਂ ਕੀਤਾ ਹੋਇਆ ਜੀ ਨਾਭੀ ਰੰਗ ਦਾ ਸੂਟ ਹੈ ਮਰੂਨ ਸ਼ੇਡ ਦੇ ਉੱਪਰ। ਦੁਪੱਟੇ ਇਹਨਾਂ ਨੇ ਸਾਡੇ ਤੋਂ ਸਾਰੇ ਪਿਓਰ ਚਨੂਨ ਦੇ ਰਖਵਾਏ ਨੇ ਜੀ, ਇਹ ਔਰਗੈਂਜਾ ਵਗੈਰਾ ਲਾਈਕ ਨਹੀਂ ਕਰਦੇ, ਇਸ ਕਰਕੇ ਆਪਾਂ ਪਿਓਰ ਚਨੂਨ ਦੇ ਦੁਪੱਟੇ ਹੀ ਰੱਖੇ। ਇਹ ਦੇਖੋ ਨੈੱਕ ਦਾ ਕੰਮ ਆ ਗਿਆ ਜੀ, ਬਹੁਤ ਜ਼ਿਆਦਾ ਸੋਹਣਾ, ਅਤੇ ਕਲੀਆਂ ਜਾਂਦੀਆਂ ਨੇ ਇਸ ਤਰ੍ਹਾਂ ਦੇ ਨਾਲ, ਬਹੁਤ ਸੋਹਣਾ ਇਸ ਤਰ੍ਹਾਂ ਦਾ ਕੰਮ ਆ ਗਿਆ। ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਤੁਹਾਨੂੰ ਪਸੰਦ ਹੈ ਜੀ ਕਰਵਾ ਸਕਦੇ ਹੋਗੇ, ਬਹੁਤ ਪਿਆਰਾ ਕੰਮ ਕੀਤਾ ਹੋਇਆ। ਅਤੇ ਇਹ ਆ ਗਿਆ ਜੀ ਘੇਰ ਦਾ ਕੰਮ, ਠੀਕ ਹੈ, ਅਤੇ ਇਸ ਤਰ੍ਹਾਂ ਦੇ ਨਾਲ ਇਹ ਆ ਗਿਆ ਬਾਹਾਂ ਦਾ ਕੰਮ, ਬਾਹਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਹੈਵੀ ਕੰਮ ਕੀਤਾ ਹੋਇਆ। ਇਹ ਲਓ ਜੀ ਬਹੁਤ ਸੋਹਣਾ ਦਾ ਹੈਵੀ ਕੰਮ ਹੈ ਜਿਹੜਾ ਇਸ ਤਰ੍ਹਾਂ ਦੇ ਨਾਲ ਬਾਹਾਂ ਉੱਪਰ ਕੀਤਾ ਹੋਇਆ, ਤੁਸੀਂ ਦੇਖ ਸਕਦੇ ਹੋ। ਜਿਹੜਾ ਵੀ ਪਸੰਦ ਹੈ ਜੀ ਸੂਟ ਤਿਆਰ ਕਰਵਾ ਸਕਦੇ ਹੋ। ਇਹ ਲਓ ਜੀ ਨੈੱਕਾਂ ਵੀ ਬਹੁਤ ਸੋਹਣੀ ਇਸ ਤਰ੍ਹਾਂ ਦੇ ਨਾਲ ਇਹ ਵਾਲਾ ਕੰਮ ਆ ਗਿਆ। ਸੋਰੀ ਦੁਪੱਟਾ ਦਿਖਾ ਦਈਏ, ਅਤੇ ਦੁਪੱਟਾ ਰੱਖਿਆ ਜੀ ਨਾਲ ਪਿਓਰ ਚਨੂਨ ਦਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਨਹੀਂ ਵੀ ਇਹਨਾਂ ਦੇ ਸਾਰੇ ਦੁਪੱਟੇ ਨੇ ਜਿਹੜੇ ਪਿਓਰ ਚਨੂਨ ਦੇ ਰਖਵਾਏ ਨੇ। ਇਸ ਤਰ੍ਹਾਂ ਦੀ ਗੋਲਡਨ ਕਲਰ ਦੀ ਆਪਾਂ ਕੱਟ ਵਰਕ ਵਾਲੀ ਲੇਸ ਦਿੱਤੀ ਹੋਈ ਹੈ, ਫਿਨਿਸ਼ਿੰਗ ਕੀਤਾ ਹੋਇਆ। ਠੀਕ ਹੈ ਜੀ, ਲਓ ਜੀ ਇਹ ਆਪਾਂ ਤੁਹਾਨੂੰ ਪਹਿਲਾਂ ਜਿਹੜਾ ਫਿਰੋਜ਼ੀ ਦੇ ਉੱਪਰ ਰੋਇਲ ਬਲੂ ਨਾਲ ਡਿਜ਼ਾਇਨ ਵਿਖਾਇਆ ਸੀ ਉਹੀ ਡਿਜ਼ਾਇਨ ਹੈ, ਇਹ ਲਾਈਟ ਜਿਹੇ ਸ਼ੇਡ 'ਤੇ ਆਪਾਂ ਕੀਤਾ ਹੋਇਆ, ਨਿਊਡ ਜਿਹਾ ਸ਼ੇਡ ਹੈ, ਬਹੁਤ ਸੋਹਣਾ ਫਰਕ ਹਾਂ ਉਹ ਹੋਰ। ਲਓ ਜੀ ਇਹ ਵੀ ਤਰਦੋਜੀ ਦਾ ਕੰਮ ਕੀਤਾ ਹੋਇਆ, ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਫਿਰੋਜ਼ੀ ਦੇ ਨਾਲ,
ਠੀਕ ਹੈ ਜੀ, ਕੰਮ ਵਰਕ ਇਹ ਸੇਮ ਆ, ਥੋੜ੍ਹਾ ਜਿਹਾ ਡਿਜ਼ਾਇਨ ਦਾ ਫਰਕ ਹੈ ਅਤੇ ਆਪਾਂ ਲਾਈਟ ਸ਼ੇਡ ਕੀਤਾ। ਕਾਫੀ ਕਸਟਮਰ ਕਹਿ ਰਹੇ ਨੇ ਤੁਸੀਂ ਬਹੁਤ ਡਾਰਕ ਦਿਖਾਉਂਦੇ ਹੋ, ਲਾਈਟ ਨਹੀਂ ਦਿਖਾਉਂਦੇ। ਦੇਖੋ ਜੀ, ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ, ਹੈ ਨਾ, ਇਹ ਰੋਲ ਸਾਰਾ ਕਸਟਮਰ ਦਾ ਹੈਗਾ। ਬਾਕੀ ਆਪਣੇ ਕੋਲ ਐਨ ਆਰ ਆਈ ਕਸਟਮਰ ਜ਼ਿਆਦਾ ਜੀ, ਉਹ ਡਾਰਕ ਸ਼ੇਡ ਹੀ ਪਾਉਂਦੇ ਨੇ ਕਿਉਂਕਿ ਉਹਨਾਂ ਨੇ ਨੋਰਮਲ ਸੂਟ ਨਹੀਂ ਪਾਉਣਾ ਹੁੰਦਾ, ਹੈ ਨਾ, ਕੋਈ ਪਾਰਟੀ ਹੈ ਜੀ, ਕੋਈ ਵਿਆਹ ਫੰਕਸ਼ਨਾਂ ਦੇ ਲਈ ਉਹਨਾਂ ਨੇ ਸੂਟ ਤਿਆਰ ਕਰਾਉਣੇ ਹੁੰਦੇ ਨੇ। ਤੁਹਾਨੂੰ ਪਤਾ ਜੀ, ਕੋਈ ਪਾਰਟੀ ਹੈ, ਵਿਆਹ ਫੰਕਸ਼ਨ ਆ, ਉੱਥੇ ਆਪਣੇ ਬ੍ਰਾਈਟ ਸੂਟ ਹੀ ਡਾਰਕ ਕਲਰ ਦੇ ਸੂਟ ਹੀ ਸੋਹਣੇ ਲੱਗਦੇ ਨੇ, ਉਂਝ ਵੀ ਡਾਰਕ ਸ਼ੇਡ ਹੋਣਾ ਟ੍ਰੈਂਡ ਦੇ ਵਿੱਚ ਨੇ। ਪ੍ਰਿੰਟਡ ਸੂਟ ਵੀ ਦੇਖੋ ਬਹੁਤ ਜ਼ਿਆਦਾ ਡਾਰਕ ਹੁਣ ਆਫ ਵਾਈਟ ਸਲਵਾਰਾਂ ਦੇ ਨਾਲ ਚੱਲ ਰਹੇ ਨੇ, ਠੀਕ ਹੈ। ਇਸ ਤਰ੍ਹਾਂ ਦਾ ਇਹ ਕੰਮ ਕਮੀਜ਼ ਦੇ ਵਿੱਚ ਆ ਗਿਆ ਜੀ, ਬਹੁਤ ਸੋਹਣਾ, ਅਤੇ ਨਾਲ ਰੱਖਿਆ ਹੋਇਆ ਦੁਪੱਟਾ ਪਿਓਰ ਚਰਾਉਣ ਦਾ, ਅਤੇ ਇਸ ਤਰ੍ਹਾਂ ਬਰੀਕ ਜੀ ਲੇਸ ਲਾ ਦਿੱਤੀ ਹੈ, ਜਿਨ੍ਹਾਂ ਦਾ ਇਹ ਸੂਟ ਆ ਥੋੜ੍ਹੀ ਜਿਹੀ ਉਹਨਾਂ ਦੀ ਏਜ ਜ਼ਿਆਦਾ ਹੈ, ਇਸ ਕਰਕੇ ਆਪਾਂ ਲੇਸ ਆ ਬਿਲਕੁਲ ਬਰੀਕ ਰੱਖੀ ਹੈ ਤਾਂ ਕਿ ਉਹਨਾਂ ਨੂੰ ਸੰਭਾਲਣ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ। ਕੰਟਰਾਸਟ ਬਹੁਤ ਸੋਹਣਾ ਲੱਗਦਾ ਜੀ ਇਹ ਲਾਈਟ ਡਾਰਕ ਦਾ, ਠੀਕ ਹੈ। ਕਈ ਕਸਟਮਰ ਲਾਈਕ ਪਸੰਦ ਲਾਈਟ ਲਾਈਕ ਕਰਦੇ ਨੇ, ਕਈ ਡਾਰਕ ਲਾਈਕ ਕਰਦੇ ਨੇ, ਜੋ ਤੁਸੀਂ ਲਾਈਕ ਕਰੋਗੇ ਅਸੀਂ ਉਹੀ ਬਣਾ ਕੇ ਦੇਣਾ। ਲਓ ਜੀ, ਕੌਫੀ ਕਲਰ ਦਾ ਬਹੁਤ ਜ਼ਿਆਦਾ ਬਾਕਮਾਲ ਸੂਟ ਦਿਖਾਉਂਦੇ ਹਾਂ ਤੁਹਾਨੂੰ ਕੌਫੀ ਕਲਰ ਦੇ ਉੱਪਰ। ਇਹ ਲਓ ਜੀ, ਬਹੁਤ ਜ਼ਿਆਦਾ ਸ਼ਾਨਦਾਰ ਹੈ ਜੀ। ਦੇਖੋ, ਸਭ ਤੋਂ ਪਹਿਲਾਂ ਆਪਾਂ ਬਾਰਡਰ ਦਿਖਾ ਦਈਏ, ਲਾਈਟ ਪਿੰਕ ਅਤੇ ਫਿਰੋਜ਼ੀ ਦਾ ਇਸ ਤਰ੍ਹਾਂ ਦੇ ਨਾਲ ਬਾਰਡਰ ਪੈਚ ਲਾ ਕੇ ਇਹ ਆਪਾਂ ਕੰਮ ਕੀਤਾ ਹੋਇਆ, ਬਹੁਤ ਜ਼ਿਆਦਾ ਸਾਫ਼ ਸੁਥਰਾ ਸਾਰਾ ਜੀ, ਅਤੇ ਵਿੱਚ ਇਹਦੇ ਬੂਟੀਆਂ ਆ ਗਈਆਂ, ਠੀਕ ਹੈ, ਵਿੱਚ ਬੂਟੀ ਆ ਗਈ, ਛੋਟੀ ਬੂਟੀ ਆ ਗਈ ਜੀ, ਕੰਮ ਤੁਸੀਂ ਵੇਖ ਸਕਦੇ ਹੋ। ਇਹ ਕੰਮ ਆ ਗਿਆ ਜੀ ਬਾਂਹ ਦੇ ਉੱਪਰ, ਬਾਂਹ ਦੇ ਉੱਪਰ ਵੀ ਇਸ ਤਰ੍ਹਾਂ ਦੇ ਨਾਲ ਕੰਮ ਹੈ। ਕੌਫੀ 'ਤੇ ਬਹੁਤ ਜ਼ਿਆਦਾ ਜੱਚਦਾ ਇਹ, ਕੌਫੀ ਫੈਬਰਿਕ 'ਤੇ ਬਹੁਤ ਸੋਹਣਾ ਲੱਗਦਾ, ਠੀਕ ਹੈ। ਲਓ ਜੀ, ਜਿਹੜਾ ਵੀ ਇਹਨਾਂ 'ਚੋਂ ਤੁਹਾਨੂੰ ਪਸੰਦ ਹੈ ਜੀ, ਤੁਸੀਂ ਆਪਣੇ ਹਿਸਾਬ ਨਾਲ ਬਣਵਾਓ। ਅਤੇ ਨਾਲ ਰੱਖਿਆ ਹੋਇਆ ਜੀ ਆਪਾਂ ਪਿਓਰ ਚਲਾਉਣ ਦਾ ਦੁਪੱਟਾ, ਅਤੇ ਪਿਓਰ ਚਲਾਉਣ ਦੇ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਬਰੋਕਿਟ ਦੇ ਨਾਲ ਇਹਦੀ ਪੱਟੀ ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ, ਇਸ ਤਰ੍ਹਾਂ ਫਿਰੋਜ਼ੀ ਕਲਰ ਦੀ ਬਰੋਕਿਟ ਦੀ ਪੱਟੀ ਲਾ ਦਿੱਤੀ ਹੈ ਜੀ, ਅਤੇ ਨਾਲ ਇਸ ਤਰ੍ਹਾਂ ਦਾ ਆਪਾਂ ਚੰਪਾ ਲੇਸ ਦਿੱਤੀ ਹੋਈ ਹੈ, ਇਹਦੇ ਨਾਲ ਵੀ ਸੋਹਣਾ ਸੂਟ ਦੀ ਗ੍ਰੇਸ ਬਣ ਜਾਂਦੀ ਹੈ, ਅਤੇ ਦੁਪੱਟੇ ਦੇ ਚਾਰੋਂ ਕੋਰਨਰ 'ਤੇ ਤੁਹਾਨੂੰ ਇਹ ਵਾਲੇ ਫੁੱਲ ਮਿਲ ਜਾਣਗੇ, ਬਹੁਤ ਸੋਹਣਾ ਲੱਗਦਾ, ਤੁਸੀਂ ਦੇਖ ਸਕਦੇ ਹੋ। ਲਓ ਜੀ, ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆਉਂਦਾ ਜੀ, ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ, ਬਣਵਾ ਸਕਦੇ ਹੋ, ਤੁਸੀਂ ਦੇਖ ਸਕਦੇ ਹੋ, ਹੈ ਨਾ, ਬਹੁਤ ਸੋਹਣਾ ਲੱਗਦਾ। ਲਓ ਜੀ, ਇੱਕ ਤੁਹਾਨੂੰ ਹੋਰ ਦਿਖਾ ਦਈਏ, ਬੋਟਲ ਗ੍ਰੀਨ ਕਲਰ 'ਤੇ ਬਣਾਇਆ ਹੋਇਆ ਆਪਾਂ, ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ, ਡਿਜ਼ਾਇਨ ਬਹੁਤ ਸੋਹਣਾ ਹੈ। ਇਹ ਲਓ, ਇਹ ਆ ਗਿਆ ਜੀ ਨੈੱਕ ਦਾ ਕੰਮ, ਬਹੁਤ ਪਿਆਰਾ ਨੈੱਕ ਦੇ ਉੱਪਰ ਕੰਮ ਕੀਤਾ ਹੋਇਆ, ਬਹੁਤ ਸੋਹਣਾ ਇਸ ਤਰ੍ਹਾਂ ਦੀ ਨੈੱਕ ਦਾ ਕੰਮ ਆ ਗਿਆ, ਅਤੇ ਇਸ ਤਰ੍ਹਾਂ ਦੇ ਨਾਲ ਇਹ ਘੇਰ ਦਾ ਕੰਮ ਸੋਹਣਾ ਡਿਜ਼ਾਇਨ ਬਣਾਇਆ ਹੋਇਆ, ਇਹ ਵੀ ਤੁਸੀਂ ਦੇਖ ਸਕਦੇ, ਬਹੁਤ ਪਿਆਰਾ ਡਿਜ਼ਾਇਨ ਹੈ ਜੀ, ਆਪਣੇ ਹਿਸਾਬ ਦੇ ਨਾਲ ਤਿਆਰ ਕਰ ਸਕਦੇ, ਠੀਕ ਹੈ ਜੀ। ਲਓ ਜੀ, ਅਤੇ ਇਹ ਹੈਵੀ ਕੰਮ ਹੈ ਜੀ ਬਾਹਾਂ ਦੇ ਉੱਪਰ, ਬਹੁਤ ਜ਼ਿਆਦਾ ਹੈਵੀ ਕੰਮ ਰਹੂਗਾ ਬਾਂਹ ਦੇ ਉੱਪਰ, ਬਹੁਤ ਸੋਹਣਾ ਕੰਮ ਹੈ ਇਹ ਬਾਂਹ ਦੇ ਉੱਪਰ, ਬਹੁਤ ਸੋਹਣਾ ਕੰਮ ਆਊਗਾ ਹੈਵੀ ਕੰਮ। ਦੁਪੱਟਾ ਰੱਖਿਆ ਜੀ ਨਾਲ ਪਿਓਰ ਚਨੂਨ ਦਾ, ਦੁਪੱਟਾ ਰੱਖਿਆ ਜੀ ਨਾਲ ਪਿਓਰ ਚਨੂਨ ਦਾ, ਅਤੇ ਪਿਓਰ ਚਨੂਨ ਦੇ ਦੁਪੱਟੇ ਨੂੰ ਇਸ ਤਰ੍ਹਾਂ ਦੇ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ। ਬਾਕੀ ਜੋ ਵੀ ਤੁਹਾਨੂੰ ਪਸੰਦ ਹੈ ਜੀ, ਉਸ ਤਰ੍ਹਾਂ ਦੇ ਨਾਲ ਤੁਸੀਂ ਕਰਵਾ ਸਕਦੇ ਹੋਗੇ, ਚੰਪਾ ਲੇਸ ਦੇ ਕੇ ਆਪਾਂ ਇਸ ਤਰ੍ਹਾਂ ਦੀ ਫਿਨਿਸ਼ਿੰਗ ਇਹਨੂੰ ਦੇ ਦਿੱਤੀ। ਚਲੋ ਠੀਕ ਹੈ ਜੀ, ਅੱਜ ਵਾਲੀ ਵੀਡੀਓ ਵਿੱਚ ਕਈ ਸੂਟ ਦਿਖਾਏ ਨੇ, ਅਤੇ ਮੈਨੂੰ ਪੂਰੀ ਉਮੀਦ ਹੈ ਵੀ ਸਾਡੇ ਸੂਟ ਰੰਗ ਡਿਜ਼ਾਇਨ ਤੁਹਾਨੂੰ ਵਧੀਆ ਲੱਗੇ ਹੋਣੇ। ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਯੂਟਿਊਬ ਤੋਂ ਵੇਖਦੇ ਹੋ ਸਬਸਕ੍ਰਾਈਬ ਜ਼ਰੂਰ ਕਰਿਓ, ਫੇਸਬੁੱਕ ਤੋਂ ਵੇਖਦੇ ਹੋ ਫੋਲੋ ਜ਼ਰੂਰ ਕਰਿਓ।
ਠੀਕ ਹੈ ਜੀ। ਫਿਰ ਨਵੇਂ ਸੂਟਾਂ ਅਤੇ ਨਵੇਂ ਰੰਗਾਂ ਦੇ ਨਾਲ ਮਿਲਦੇ ਹਾਂ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਤੁਹਾਡੀ ਲਾਈਫ ਵਿੱਚ ਖੁਸ਼ੀਆਂ ਦੇ ਰੰਗ ਭਰ ਕੇ ਰੱਖੇ, ਤੁਸੀਂ ਸੋਹਣੇ ਸੋਹਣੇ ਰੰਗ ਪਾਉਂਦੇ ਰਹੋ, ਹੰਢਾਉਂਦੇ ਰਹੋ। ਮਿਲਦੇ ਹਾਂ ਜੀ ਫਿਰ ਨਵੀਂ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।